ਇੱਕ ਇਨਸਾਨ ਸੀਗਾ, ਬੰਦਾ ਪੂਰਾ ਵਧੀਆ ਸੀ। ਉਹ ਭਾਈ ਹਰ ਰੋਜ਼ ਜਾਇਆ ਕਰੇ, ਕਿਤੇ ਕਿਸੇ ਨਾਲ ਕੰਮ ਧੰਦੇ ਵੱਗ ਗਿਆ, ਕਿਤੇ ਕਿਸੇ ਨਾਲ ਵੱਗ ਗਿਆ, ਮਿਲਣ ਜੁਲਣ ਵਾਲਾ ਬੰਦਾ ਸੀ ਵਧੀਆ। ਉਹਦੀ ਜਿਹੜੀ ਬਰਾਦਰੀ ਸੀ, ਮੰਨ ਲੈ ਉਹ ਥੋੜ੍ਹੀ ਛੋਟੀ ਬਰਾਦਰੀ ਸੀ, ਜ਼ਿਆਦਾ ਛੋਟੀ ਬਰਾਦਰੀ ਦਾ ਸੀ। ਉਹ ਕਹਿੰਦਾ ਓਏ ਹਰੇਕ ਦੇ ਨਾਲ ਤੁਰਿਆ ਫਿਰਦਾ ਤੂੰ, ਉਹਦਾ ਪਿਓ ਲਾਲਾ ਮਾਂ ਲਾਲਾ ਕਹਿੰਦੇ ਆਪਾਂ ਜਵਾਬ ਨੂੰ ਵੀ ਤੂੰ ਹਰੇਕ ਨਾਲ ਤੁਰਿਆ ਫਿਰਦਾ, ਤੂੰ ਵੀ ਕੁਛ ਕਰ ਲੈ। ਉਹ ਕਹਿੰਦਾ ਆਪਣੇ ਪਿਓ ਨੂੰ ਕਹਿੰਦਾ ਪਿਓ ਐਂ ਦੱਸ ਕੀ ਕਰਾਂ, ਕਹਿੰਦਾ ਕੋਈ ਕਾਰੋਬਾਰ ਕਰ ਲੈ ਜਾਂ ਜਿਹਦੇ ਨਾਲ ਜਾਂਦਾ ਉਸੇ ਨਹੀਂ ਕੋਈ ਕੰਮ ਕਰ ਲੈ। ਕਹਿੰਦਾ ਚੰਗਾ, ਹੁਣ ਭਾਈ ਵੱਗ ਗਿਆ ਹੋਇਆ ਤਕੜੇ ਬੰਦੇ ਨਾਲ, ਹੁਣ ਤਕੜੇ ਬੰਦੇ ਨੇ ਕੋਈ ਹੋਰ ਚੀਜ਼ ਖਰੀਦਣੀ ਹੁੰਦੀ ਹੈ, ਉਹਨੇ ਖਰੀਦਣੀ ਨਾਲ, ਹੈਗਾ ਤੀ ਘਰੋਂ ਕਮਜ਼ੋਰ। ਉਹ ਭਾਈ ਜਦੋਂ ਖਰੀਦ ਲਿਆ, ਹੁਣ ਪਤਾ ਹੁਣ ਜਿਹੜੇ ਵਪਾਰੀ ਨੇ ਹੁਣ ਦੇ ਲਾ ਲੈ, ਹੁਣ ਆਪਾਂ ਟੱਟ ਟੱਪਾ ਲੈਂਦੇ ਹਾਂ, ਆਪਾਂ ਉਧਾਰ ਹੀ ਲੈਂਦੇ ਹਾਂ, ਕਿਰਾਤਾ ਚੀਜ਼ ਮਗਰੋਂ ਪੈਸੇ ਦਿੰਦੇ ਹਾਂ ਇਹਨੂੰ। ਉਹਨੇ ਵੀ ਭਾਈ ਉਹਦਾ ਬਣੀ ਹੋਈ ਤੀ, ਉਹਨੇ ਉਧਾਰ ਲੈ ਲਈ, ਉਹਨੇ ਤਾਂ ਲੈ ਲਈ ਘੋੜੀ, ਮੰਨ ਲੈ ਉਹਦਾ ਗਰੀਬ ਸੀਗਾ, ਉਹਨੇ ਪੈਸੇ ਲੈ ਲਈ, ਦੋਨੇ ਆ ਗਏ ਘਰੇ। ਉਹ ਕਹਿੰਦਾ ਉਹ ਆ ਕੀ ਕਰਿਆ, ਉਹਦਾ ਪਿਓ ਕਹਿੰਦਾ ਕਹਿੰਦਾ ਤੁਸੀਂ ਕਿਹਾ ਤੀ ਵੀ ਜਿਹੜਾ ਕਿਸੇ ਦੇ ਨਾਲ ਜਾਂਦਾ ਹਜੇ ਕੁਛ ਤੂੰ ਕਰ ਲਿਆ ਕਰ ਜਿਹਾ ਜਿਹਾ ਉਹ ਕਰਦਾ। ਕਹਿੰਦਾ ਅੱਜ ਮੈਂ ਤਕੜੇ ਨਾਲ ਵੱਗ ਗਿਆ, ਉਹਨੇ ਘੋੜੀ ਲੈ ਲਈ, ਮੈਂ ਮੈਸ ਲੈ ਲਈ। ਕਹਿੰਦਾ ਵਧੀਆ ਕਰਿਆ, ਚੱਲ ਤਾਂ ਲਿਆ ਆ, ਬੰਨ ਲੈ ਬੰਨ ਲਿਆ ਭਾਈ। ਉਹ ਤਾਂ ਘੋੜੀ ਵਾਲੇ ਤਾਂ ਪੈਸੇ ਦੇਣ ਜਾਣੀ ਸੀ, ਉਹ ਪੈਸੇ ਦੇਣ ਵੱਗ ਗਿਆ। ਉਹ ਮੈਸ ਵਾਲਾ ਘੋੜੀ ਵਾਲੇ ਨੂੰ ਕਹਿੰਦਾ, ਉਹ ਕਹਿੰਦਾ ਭਾਈ ਮੇਰੀ ਮੈਸ ਵਾਲਾ ਪੈਸੇ ਨਹੀਂ ਦੇਣ ਆਇਆ। ਕਹਿੰਦਾ ਭਾਈ ਮੈਂ ਕਿਹੜਾ ਕੋਈ ਜਾਮਣਾ, ਮੈਂ ਕਹਿੰਦਾ ਤੇਰੇ ਨਾਲ ਤਾਂ ਆਇਆ ਤੀ। ਕਹਿੰਦਾ ਨਾਲ ਆਇਆ ਤੀ। ਕਹਿੰਦਾ ਫਿਰ ਅੱਜ ਨਾਲ ਲਿਆ। ਕਹਿੰਦਾ ਉਹਦੀ ਮਰਜ਼ੀ ਭਾਈ। ਉਹ ਕਹਿੰਦਾ ਮੈਨੂੰ ਘਰ ਦੱਸ ਭਾਈ, ਪਿੰਡ ਦੱਸ, ਡਰੈਸ ਦੇ। ਕਹਿੰਦਾ ਲੈ ਲੈ ਡਰੈਸ ਦੇ ਤਾ। ਉਹ ਘੋੜੀ ਵਾਲਾ ਪੈਸੇ ਦੇ ਕੇ ਆ ਕੇ ਉਹਨੂੰ ਬੋਲਦਾ, ਕਹਿੰਦਾ ਕਹਿੰਦੇ ਤੂੰ ਪੈਸੇ ਨਹੀਂ ਦੇ ਕੇ ਆਇਆ ਮੈਸ ਦੇ, ਉਹ ਆਊਗਾ ਤੇਰੇ ਕੋਲ। ਕਹਿੰਦਾ ਕੋਈ ਗੱਲ ਨਹੀਂ ਆ ਜਾਣਦੇ। ਕਹਿੰਦਾ ਕਿਉਂ? ਕਹਿੰਦਾ ਹਾਂ ਆ ਜਾਂਦੇ, ਕੋਈ ਸੰਸਾ ਨਹੀਂ। ਆ ਗਿਆ ਭਾਈ, ਉਹਦੇ ਆਉਣ ਤੋਂ ਪਹਿਲਾਂ ਮੈਸ ਗਾਹਾਂ ਫਕਾਤੀ। ਉਹ ਕਹਿੰਦਾ ਭਾਈ ਮੈਸ ਲਿਆ ਤੀ। ਕਹਿੰਦਾ ਬਾਈ ਗੱਲ ਸੁਣ ਲੈ ਮੇਰੀ, ਸਾਡੇ ਸਾਰੇ ਪਿੰਡ ਨੂੰ ਪੁੱਛ ਲਓ, ਸਾਡੇ ਤਾਂ ਖਾਨਦਾਨੀ 'ਚ ਨਹੀਂ ਮੈਸ, ਮੈਂ ਕਿੱਥੋਂ ਲਿਆ? ਉਹ ਕਹਿੰਦਾ ਪਤੰਦਰਾ ਤੂੰ ਲੈ ਕੇ ਆਇਆ ਇੱਥੇ, ਇੰਨੇ ਦਿਨਾਂ ਦਾ ਮੈਂ ਨਾ ਇਕਰਾਰ ਕਰਕੇ ਆਇਆ ਜਰਾ। ਉਹ ਜਦੋਂ ਭਾਈ ਲੋਕ ਇਕੱਠੇ ਹੋ ਗਏ ਲੈਵੇ ਵਾਲੇ, ਉਹ ਕਹਿੰਦੇ ਕੀ ਰੌਲਾ ਹੋ ਗਿਆ? ਕਹਿੰਦਾ ਯਾਰ ਮੈਨੂੰ ਐਂ ਦੱਸੋ ਭਲਾਂ ਦੀ ਤੁਸੀਂ ਸਾਡੇ ਘਰੇ ਮੈਸ ਦੇਖੀ ਹੈ? ਉਹ ਕਹਿੰਦਾ ਨਾ ਜਾ, ਛੋਟੇ ਤਾਂ ਬੁੜੇ ਨੇ ਨਿਕਲ ਕੇ ਮੈਸ ਲੈਤੀ, ਤੇਰੇ ਕੋਲ ਮੈਸ ਕਿੱਥੋਂ ਆ ਗਈ? ਕਹਿੰਦਾ ਬਈ ਇਹ ਮੈਂ ਸਾਨੂੰ ਤੋਂ ਲੈ ਕੇ ਆਇਆ। ਫਿਰ ਜਿਹੜਾ ਬੰਦਾ ਘੋੜੀ ਲੈ ਕੇ ਆਇਆ ਸਾਡੇ ਪਿੰਡ, ਉਹੀ ਇਹ ਮੈਸ ਦਵਾ ਕੇ ਲਿਆ ਇਹਨੂੰ। ਉਹ ਆ ਗਿਆ, ਕਹਿੰਦਾ ਬਈ ਮੈਂ ਕਦੋਂ ਦਵਾਈਆਂ ਮੈਸ? ਚੱਲ ਪਿਆ ਵੀ ਜਿਹੜਾ ਹੋਣ ਲੱਗ ਗਈ। ਉਹ ਬੁੜਾ ਉਹਦਾ ਬੋਲਦਾ, ਉਹ ਕਹਿੰਦਾ ਭਾਈ ਗੱਲ ਸੁਣ ਮੇਰੀ, ਕਸੂਰ ਤੇਰੇ 'ਚ ਵੀ ਨਹੀਂ, ਕਸੂਰ ਇਹਦੇ 'ਚ ਵੀ ਨਹੀਂ। ਕਹਿੰਦਾ ਕਿਉਂ? ਕਹਿੰਦਾ ਹਾਂ, ਕਹਿੰਦਾ ਇਹਨੇ ਮੈਸ ਲੈ ਲਈ ਤੇਥੋਂ, ਤੂੰ ਇੱਥੋਂ ਇਹਨੂੰ ਮੈਸ ਲੈਤੀ ਆ, ਤੂੰ ਪਹਿਲਾਂ ਤੂੰ ਡਰੈਸ ਤਾਂ ਲੈ, ਪੁੱਛ ਤਾਂ ਸੀ ਵੀ ਕੌਣ ਆ ਭਾਈ, ਕਿੱਥੋਂ ਆ ਤੂੰ, ਕੌਣ ਤੇਰਾ ਜ਼ਿੰਮੇਦਾਰ ਲਿਆ ਇੱਥੋਂ ਕੋਈ ਪਿੰਡ ਦਾ? ਕਹਿੰਦਾ ਇਹ ਮੈਸ ਲਿਆਇਆ ਜ਼ਰੂਰ, ਪਰ ਘਰੇ ਨਹੀਂ ਲਿਆ। ਕਹਿੰਦਾ ਫਿਰ ਹੁਣ? ਕਹਿੰਦਾ ਕੋਈ ਗੱਲ ਨਹੀਂ, ਮੈਂ ਤੇਰੀ ਮੁੜਵਾ ਦੂੰ, ਪਰ ਹੁਣ ਮੁੜ ਜਾ। ਉਹ ਭਾਈ ਮੁੜ ਗਿਆ, ਮੇਰੇ ਵਰਗਾ ਵਿਚਾਰਾ, ਸੰਸਾ ਤਾਂ ਹੋ ਹੀ ਜਾਂਦਾ ਅਗਲੇ ਨੂੰ। ਘਰੇ ਪਿਆ ਨੂੰ ਫਿਕਰ ਹੋ ਗਿਆ ਵੀ ਪੈਸੇ ਆਉਣਗੇ, ਪਤਾ ਨਹੀਂ ਮੈਸ ਆਊ, ਪਤਾ ਨਹੀਂ ਆਉਣਗੇ, ਪਤਾ ਨਹੀਂ ਆਉਣਗੇ। ਤਾਹਾਂ ਪਿਆ ਝਾਕੀ ਜਾਂਦਾ ਉੱਲੂ ਵਾਂਗੂ। ਉਹਦੇ ਘਰ ਵਾਲੀ ਤੀ ਥੋੜ੍ਹੀ ਤੇਜ਼, ਉਹ ਕਹਿੰਦੀ ਤਾਹਾਂ ਪਿਆ ਝਾਕੀ ਜਾਂਦਾ, ਕੋਈ ਕੰਮ ਕਰ ਲੈ ਉੱਠ ਖੜਾ।
ਕਹਿੰਦਾ ਕੰਮ ਹੁਣ ਕਾਹਦਾ ਕਰਾਂ। ਕਹਿੰਦੀ ਕਿਉਂ? ਕਹਿੰਦਾ ਇੱਕ ਮੈਂ ਸਾਪੜੀ ਤੀ, ਉਹਨੂੰ ਕਹਾ ਕੰਡਾ ਲਿਆਉਣਾ ਤੇ ਮੈਂ ਮਾੜਾ ਮੋਟਾ ਕੰਮ ਲੱਗਿਆ ਤੇ ਕਹਿੰਦਾ ਉਹ ਵੇਚਤੀ। ਕਹਿੰਦਾ ਵੇਚ ਗਿਆ ਜੀ ਤਾਂ ਉਹ ਵੀ ਨੰਗਾਂ ਦੀ ਵਗੀ, ਉਹਦੇ ਗੁਜਾਇਸ਼ ਨਹੀਂ ਹੁਣ। ਹੁਣ ਕਹਿੰਦਾ ਮੈਂ ਸੋਚਦਾ ਵੀ ਮੈਂ ਇਸ ਮੁੰਡੂ ਕੁ ਪੈਸੇ ਹੋਣਗੇ। ਕਹਿੰਦੀ ਮੈਨੂੰ ਐਂ ਦੱਸ, ਇੱਕ ਮੈਸ ਆਪਣੇ ਕੋਲ ਹੈ, ਗਾਹਾਂ ਉਹਨੂੰ ਵੇਚਤੀ ਤੈਂ, ਜਿਹਦੇ ਕੋਲ ਹੈ ਨਹੀਂ ਕੁਛ। ਕਹਿੰਦੀ ਦਿਮਾਗ ਦਾ ਤੋੜਾ ਤੈਨੂੰ ਹੈ ਅਗਲੇ ਤਾਰੀ। ਕਹਿੰਦੀ ਕਿਉਂ? ਕਹਿੰਦੀ ਪਹਿਲਾਂ ਸੁਣ, ਸਾਰਿਆਂ ਤੋਂ ਪਹਿਲਾਂ ਕੌਣ ਸੋਚਦਾ? ਸਾਹੂਕਾਰ, ਫਿਰ ਸੋਚਦੇ ਜੱਟ। ਹੁਣ ਸਾਡਾ ਮੈਂ ਤੈਨੂੰ ਕੀ ਦੱਸਾਂ, ਛੋਟੀ ਮੈਂ ਛੋਟੀ ਜਾਤ ਨੂੰ ਮਤ ਨਹੀਂ ਆਉਣੀ ਹੁੰਦੀ ਸਾਰੀ ਉਮਰ। ਹੁਣ ਜੇ ਮੈਂ ਜਾਤ ਦਾ ਨਾਂ ਲੈਂਦਾ ਤਾਂ ਅਗਲਾ ਮੇਰੇ 'ਤੇ ਇਕੱਠ ਕਰਦਾ, ਕਰੂ ਕਿ ਨਹੀਂ? ਕਿਉਂਕਿ ਉਹ ਕਹਿੰਦੀ ਸਭ ਤੋਂ ਵੱਡਾ ਬਾਣੀ ਆ ਹੁੰਦਾ ਦਿਮਾਗੀ। ਲੈ ਹੁਣ ਇਹ ਦਿਮਾਗ ਦੀ ਗੱਲ ਸੁਣ, ਤੈਨੂੰ ਦੱਸਦਾ ਬਾਗੇ ਉਹਦੀ ਗੱਲ ਸੁਣ ਕੇ। ਉਹਨੇ ਭਾਈ ਕਿਸੇ ਸਾਧੂ ਕੋਲ ਗਿਆ, ਕਹਿੰਦਾ ਬਾਬਾ ਇਹ ਕਰ ਕਿਆ ਗੱਲ ਹੈ? ਕਹਿੰਦਾ ਭਾਈ ਚਾਰ ਚੀਜ਼ਾਂ ਇਕੱਠੀਆਂ ਹੋਣਗੀਆਂ ਇੰਨੇ ਦਿਨਾਂ ਨੂੰ, ਨਾਲ ਵਗ ਜੀ। ਕਹਿੰਦਾ ਚੰਗਾ। ਹੁਣ ਨਾਲ ਵਗ ਗਿਆ ਵਿਸ਼ਕਰਮਾ ਦੀ, ਜਿਹੜਾ ਵਿਸ਼ਕਰਮਾ ਹੁੰਦਾ ਇਹਦੀ ਲਾਤ ਹੁੰਦੀ ਹੈ, ਮਿਸਤਰੀ ਸਿੰਘ ਕਹਿੰਦੇ, ਠੀਕ ਹੈ। ਇੱਕ ਹੁੰਦਾ ਵਾਲਮੀਕ ਦੀ, ਉਹ ਮਾਜ਼ਵੀ ਸਿੰਘ ਕਹਿੰਦੇ। ਆਪਾਂ ਬਿਆਦਰੀ ਨਾਂ ਨਹੀਂ ਲੈ ਸਕਦੇ, ਹੁਣ ਚੱਲ ਹੁਣ ਲੈਣੀ ਪੈਂਦੀ ਹੈ। ਇੱਕ ਹਰਮਦਾਸ ਭਗਤ, ਉਹ ਮੈਂ ਹੈ, ਇਹਦੀ ਜੇ ਨਾਂ ਹੋਰ ਹੈਗਾ ਊਂ ਇਹਨੂੰ ਹਰਮਦਾਸ ਕਹਿ ਕੇ ਬੁਲਾ ਸਕਦੇ ਹਾਂ। ਇੱਕ ਹੋਊਗਾ ਸੋਡੇ ਵਾਲੇ ਜ਼ਿਮੀਂਦਾਰ, ਹਾਂ, ਅਤੇ ਇੱਕ ਹੋਊਗਾ ਸਾਹੂਕਾਰ। ਸਾਰੇ ਵਗ ਗਏ ਇਕੱਠੇ ਹੋ ਕੇ ਕਿੱਥੇ? ਕਚਹਿਰੀ 'ਚ, ਮਾਲਕ ਦੀ 'ਚ। ਕਹਿੰਦਾ ਲਓ ਭਾਈ ਮੈਂ ਦਿਮਾਗ ਦਿੰਦਾ ਤੁਹਾਨੂੰ, ਆਪੋ ਆਪਦੇ ਦਿਮਾਗਾਂ ਤੋਂ ਕੰਮ ਲਓ। ਉਹ ਜਿਹੜਾ ਮੇਰੇ ਵਰਗੇ ਨੇ ਮੈਂ ਇਸ ਵੇਚੀ ਤੀ, ਉਹਨੇ ਆਖਿਆ ਵੀ ਆਪਾਂ ਹੋਈਏ ਮੂਹਰੇ ਪਹਿਲਾਂ। ਕਹਿੰਦਾ ਜੀ ਮੈਨੂੰ ਦਿਮਾਗ ਦਿਓ ਪਹਿਲਾਂ ਤਾਂ। ਕਹਿੰਦਾ ਪਏ ਨੇ ਭਾਈ ਧਰੇ, ਜਿਹੜਾ ਮਰਜ਼ੀ ਚੱਕ ਲੈ। ਉਹਨੇ ਤਾਂ ਜਮਾ ਨਵਾਂ ਚੱਕ ਲਿਆ, ਜਿਹੜਾ ਰਜਾਈ ਵਰਗਾ ਮੋਟਾ ਦਿਮਾਗ ਤੀ। ਉਹਨੇ ਆਖਿਆ ਵੀ ਸਾਰੀ ਉਮਰ ਹੀ ਨਹੀਂ ਘਸਦਾ ਇਹ। ਹੁਣ ਕਿ ਭਾਈ ਜ਼ਿਮੀਂਦਾਰ ਨੇ ਚੱਕ ਲਿਆ ਬੱਤ ਜੀ ਦਾ ਵਜਨ ਦੇਖ ਕੇ, ਸਾਹੂਕਾਰ ਨੇ ਜਿਹੜਾ ਜਮਾ ਘਸਿਆ ਦਿਮਾਗ ਤੀ ਉਹ ਚੱਕ ਲਿਆ। ਭਾਈ ਮਾਜ਼ਵੀ ਸਿੰਘ ਤੇ ਵਾਲਮੀਕ ਨੂੰ ਪੁੱਛਿਆ ਵੀ ਤੂੰ? ਕਹਿੰਦਾ ਜੀ ਜਿਹੜਾ ਵਾਲਮੀਕ ਸੀ ਉਹ ਕਹਿੰਦਾ ਜੀ ਆਪਦੇ ਹੱਥ ਨਾਲ ਫੜਾ ਦਿਓ, ਜਿਹੜਾ ਮਰਜ਼ੀ ਫੜਾ ਦਿਓ। ਉਹਨੇ ਭਾਈ ਹੱਥ ਨਾਲ ਫੜਾਤਾ ਦਿਮਾਗ ਨੂੰ। ਅਤੇ ਜਿਹੜਾ ਉਹ ਸੀਗਾ ਵਾਲਮੀਕ ਸੀ, ਆਹ ਦੂਜਾ ਤੀ ਵਿਸ਼ਕਰਮਾ, ਆਹ ਦੂਜਾ ਲਾਲਾ ਵਾਲਮੀਕ, ਵਾਲਮੀਕ ਤਾਕੜ ਗਿਆ। ਕਹਿੰਦਾ ਯਾਰ ਇਹਨਾਂ ਨੇ ਸਾਰਿਆਂ ਨੇ ਪਹਿਲਾਂ ਚੱਕ ਦੇ, ਤੂੰ ਮੈਨੂੰ ਰੋਣ ਨਹੀਂ ਦਿੱਤਾ। ਉਹ ਕਹਿੰਦਾ ਲਿਜਾਣਾ ਲਿਜਾ ਚੱਕ, ਉਹਦੇ ਮਾਂਗਰ ਮਸਤ ਟੰਗਿਆ ਗਿਆ। ਲੈ ਹੁਣ ਗੱਲ ਸੁਣ ਲਿਆ ਦਿਮਾਗ ਦੀ, ਸਾਰਿਆਂ ਤੋਂ ਪਹਿਲਾਂ ਦਿਮਾਗ ਮਿਸਤਰੀ ਦਾ ਵੱਧ ਕੰਮ ਕਰਦਾ ਹੈ, ਕਰਦਾ ਕਿ ਨਹੀਂ? ਹਰੇਕ ਨੁਕਸ ਫੜੂ, ਉਹਨੂੰ ਜਗਾ ਲਾ ਨਹੀਂ ਪਾਉਣਾ। ਮਿਸਤਰੀ ਦਿਮਾਗ ਨਾਲ ਜਗ੍ਹਾ ਪਾ ਦਿਓ, ਉਹਦੇ ਨੂੰ ਕੁਛ ਲਿਆਉਣ ਦੀ ਲੋੜ ਨਹੀਂ, ਠੀਕ ਹੈ ਨਾ? ਫਿਰ ਸਾਹੂਕਾਰ ਕੋਲ ਵਗ ਜੀ ਤੂੰ, ਹੁਣ ਕਿ ਨੇੜੇ ਤਾਂ ਬੀੜੀ ਲਈ ਹੋਊ, ਸਮਝ ਲਈ ਗੱਲ? ਨੇੜੇ ਫੋਨ 'ਤੇ ਚੱਲਦਾ, ਹੁਣ ਨੇੜੇ ਤੇ ਨਾ ਹਿਸਾਬ ਕਰ ਦਿਓ, ਕਿਉਂ ਘਸਿਆ ਦਿਮਾਗ ਚੱਕਿਆ ਤੀ। ਹੁਣ ਜ਼ਿਮੀਂਦਾਰ ਦਾ ਦਿਮਾਗ, ਜ਼ਿਮੀਂਦਾਰ ਨੇ ਕਿਉਂ
ਜੇ ਤਾਂ ਉਹਨੂੰ ਕਹਿੰਦਾ ਵੀ ਤੁਸੀਂ ਫੜਾ ਦਿਓ ਜੀ, ਫਿਰ ਤਾਂ ਲੁੱਟਤੀ। ਜ਼ਿਮੀਦਾਰ ਨੇ ਵਿਚਾਲ ਲੜਾ ਮੇਰੇ ਚੱਕ ਲਿਆ, ਉਹਨੂੰ ਮਗਰੋਂ ਉੜਦੀ ਹੈ, ਮਗਰੋਂ ਉੜਦੀ ਹੈ ਨਾ, ਬਿਲਕੁਲ ਸਹੀ ਹੈ, ਮਗਰੋਂ ਉੜਦੀ ਹੈ। ਕਿਉਂ ਸਾਡੇ ਕੋਲ ਨਵਾਂ ਦਿਮਾਗ ਹੈ, ਜਮਾ ਤਾਜ਼ਾ, ਸਾਨੂੰ ਉੜਦੀ ਨਹੀਂ। ਸਹੀ ਗੱਲ, ਗੱਲ ਸਹੀ ਹੈ। ਜਿਹੜਾ ਹੁਣ ਵਾਲਮੀਕ ਦਾ ਪਰਿਵਾਰ ਹੈ, ਉੜਦੀ ਉਹਨੂੰ ਵੀ ਹੈ, ਉਹਦੇ ਕੋਲ ਮੰਗ ਰਿਹਾ ਉਹਨੂੰ ਖਾਸੇ ਚਿਰ ਪਸੋੜਦੀ ਹੈ।